ਸੋ ਅਸੀਂ ਵੱਖ ਵੱਖ ਕੰਟਰੀਜ਼ ਦੀ ਹਮੇਸ਼ਾ ਗੱਲ ਕਰਦੇ ਹਾਂ ਸਟੱਡੀ ਵੀਜ਼ਾ ਨੂੰ ਲੈ ਕੇ ਬਹੁਤ ਸਾਰੇ ਸਵਾਲ ਹਮੇਸ਼ਾ ਰਹਿੰਦੇ ਆ ਤੇ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਅਸੀਂ ਸਟੂਡੈਂਟਸ ਨੂੰ ਪੂਰੀ ਕਲੈਰਿਟੀ ਦੇਈਏ ਅੱਜ ਆਪਾਂ ਯੂਕੇ ਸਟੱਡੀ ਵੀਜ਼ਾ ਦੀ ਗੱਲ ਕਰਾਂਗੇ ਸੋ ਜਿਹੜੇ ਸਟੂਡੈਂਟਸ ਨੇ ਅਪਲਾਈ ਕਰਨਾ ਉਹ ਕਿਹੜੀ ਗੱਲਾਂ ਦਾ ਧਿਆਨ ਜ਼ਰੂਰ ਰੱਖਣ ਕਿਉਂਕਿ ਚਾਹੇ ਕਿ ਸਪਾਊਸ ਵੀਜ਼ਾ ਲਈ ਅਪਲਾਈ ਨਹੀਂ ਕੀਤਾ ਜਾ ਸਕਦਾ ਹੁਣ ਯੂਕੇ ਦੇ ਲਈ ਪਰ ਆਪਣੀ ਕੁਆਲਿਟੀ ਦੇ ਲਈ ਯੂਕੇ ਨੂੰ ਜਾਣਿਆ ਜਾਂਦਾ ਉਹਨਾਂ ਦੀ ਸਟੱਡੀ ਇੰਨੀ ਵਧੀਆ ਹੈ ਸਟੱਡੀ ਨੂੰ ਲੈ ਕੇ ਸਟੂਡੈਂਟ ਜਿਹੜੇ ਫੋਕਸ ਕਰਦੇ ਨੇ ਤਾਂ ਉਹਨਾਂ ਦੇ ਲਈ ਬਹੁਤ ਚੰਗੀਆਂ ਆਪਸ਼ਨ ਅੱਜ ਅਸੀਂ ਦੱਸਾਂਗੇ ਤਾਂ ਕਿ ਸਟੂਡੈਂਟ ਆਪਣੀ ਸਟੱਡੀ ਪੁਆਇੰਟ ਆਫ ਵਿਊ ਤੋਂ ਤਾਂ ਅੱਗੇ ਵਧਣ ਉਸ ਤੋਂ ਬਾਅਦ ਵੀ ਉਹਨਾਂ ਨੂੰ ਚੰਗੀਆਂ ਓਪਰਚੁਨਿਟੀਜ਼ ਜ਼ਰੂਰ ਮਿਲ ਸਕਣ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਔਰ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਨੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ 27-28 ਸਾਲਾਂ ਦਾ ਐਕਸਪੀਰੀਅੰਸ ਨੈਵੀਗੇਟਰਸ ਓਵਰਸੀਜ਼ ਆ ਮੈਮ ਦੀ ਗੱਲ ਕਰੀਏ ਤਾਂ ਲਗਾਤਾਰ ਮੈਮ ਇੰਨੇ ਸਾਲਾਂ ਤੋਂ ਨਾਲ ਨਾਲ ਰਿਸਰਚ ਕਰਦੇ ਰਹਿੰਦੇ ਨੇ ਵੱਖ ਵੱਖ ਕੰਟਰੀਜ਼ ਵਿੱਚ ਖੁਦ ਵੀ ਜਾਂਦੇ ਨੇ ਵੱਖ ਵੱਖ ਕਾਲਜਿਸ ਵਿੱਚ ਜਾ ਕੇ ਆਉਂਦੇ ਨੇ ਕਈ ਤਰ੍ਹਾਂ ਦੇ ਪ੍ਰੋਗਰਾਮਸ ਉੱਪਰ ਰਿਸਰਚ ਕਰਦੇ ਨੇ ਤਾਂ ਕਿ ਵੱਖ ਵੱਖ ਪ੍ਰੋਫਾਈਲਸ ਦੇ ਲਈ ਅਲੱਗ ਅਲੱਗ ਤਰ੍ਹਾਂ ਦੇ ਪ੍ਰੋਗਰਾਮਸ ਜੋ ਹੈ ਸਟੂਡੈਂਟਸ ਨੂੰ ਗਾਈਡ ਕੀਤੇ ਜਾ ਸਕਣ ਮੈਮ ਅੱਜ ਆਪਾਂ ਯੂਕੇ ਸਟੱਡੀ ਵੀਜ਼ਾ ਦੀ ਜਦੋਂ ਗੱਲ ਕਰਦੇ ਹਾਂ ਤਾਂ ਅੱਜ ਦੇ ਟਾਈਮ ਵਿੱਚ ਯੂਕੇ ਲਈ ਇੱਕ ਚੰਗੀ ਆਪਸ਼ਨ ਜਾਂ ਚੰਗੀ ਪ੍ਰੋਫਾਈਲ ਕਿਹੜੇ ਸਟੂਡੈਂਟ ਦੀ ਮੰਨੀ ਜਾਵੇ ਕਿਉਂਕਿ ਪਹਿਲਾਂ ਇੱਕ ਰੁਝਾਨ ਇਹ ਜ਼ਰੂਰ ਦੇਖਿਆ ਜਾਂਦਾ ਸੀ ਕਿ ਸਪਾਊਸ ਵੀਜ਼ਾ ਲਈ ਨਾਲ ਅਪਲਾਈ ਕਰਨਾ ਤਾਂ ਯੂਕੇ ਆਪਾਂ ਅਪਲਾਈ ਕਰਦੇ ਹਾਂ ਪਰ ਹੁਣ ਚੀਜ਼ਾਂ ਚੇਂਜ ਹੋ ਗਈਆਂ ਤਾਂ ਬਦਲਣ ਦੇ ਨਾਲ ਰੂਲਸ ਪ੍ਰੋਫਾਈਲ ਵਾਈਜ਼ ਅਗਰ ਆਪਾਂ ਫੋਕਸ ਕਰੀਏ ਕਿਹੜੇ ਸਟੂਡੈਂਟ ਲਈ ਬੈਸਟ ਆਪਸ਼ਨ ਦਿਖਦੀ ਆ ਔਰ ਅੱਗੇ ਕਮਿੰਗ ਇਨਟੇਕ ਦੀ ਵੀ ਆਪਾਂ ਗੱਲ ਕਰ ਲੈਂਦੇ ਹਾਂ ਕੁਝ ਚੰਗੀਆਂ ਆਪਸ਼ਨਸ ਜਿਵੇਂ ਤੁਸੀਂ ਹਰ ਵਾਰੀ ਸਟੂਡੈਂਟਸ ਨੂੰ ਗਾਈਡ ਕਰਦੇ ਹੋ ਮੈਂ ਜ਼ਰੂਰ ਚਾਹੂੰਗੀ ਯੂਕੇ ਨੂੰ ਲੈ ਕੇ ਵੀ ਚੰਗੀਆਂ ਆਪਸ਼ਨ ਅੱਜ ਦੀ ਵੀਡੀਓ ਜ਼ਰੇ ਸਟੂਡੈਂਟ ਨੂੰ ਜ਼ਰੂਰ ਦੱਸੋ ਸਭ ਤੋਂ ਪਹਿਲਾਂ ਯੂਕੇ ਕਿਉਂ ਜੀ ਯੂਕੇ ਦੇ ਵਿੱਚ ਜਿਹੜਾ ਮਾਸਟਰਸ ਪ੍ਰੋਗਰਾਮ ਨੂੰ ਮੈਂ ਹਮੇਸ਼ਾ ਐਨਕਰੇਜ ਕਰਦੀ ਹਾਂ ਮਾਸਟਰ 1 ਈਅਰ ਦੀ 1 ਈਅਰ ਦੇ ਮਾਸਟਰ ਹੋਣ ਕਰਕੇ ਕੀ ਹੈ ਬੱਚੇ ਦਾ ਜਿਹੜਾ ਸਟੂਡੈਂਟ ਦਾ ਜਿਹੜਾ ਖਰਚਾ ਉਹ ਖਾਲੀ ਹਾਫ ਹੈ ਜੀ ਬਾਕੀ ਜਗ੍ਹਾ 2 ਈਅਰ ਮਾਸਟਰਸ ਇੱਥੇ 1 ਈਅਰ ਮਾਸਟਰਸ ਔਰ ਤੁਹਾਨੂੰ ਜਿਹੜੀ ਮਾਸਟਰਸ ਉਹ ਖਾਲੀ 10,000 pounds ਮੀਨਸ 10 ਲੱਖ ਦੇ ਵਿੱਚ ਮਾਸਟਰ ਮਿਲ ਜਾਏਗੀ ਔਰ 2 ਈਅਰਸ ਦਾ ਪੋਸਟ ਸਟੱਡੀ ਵਰਕ ਪਰਮਿਟ ਕੱਲ੍ਹ ਮੇਰੇ ਸਟੂਡੈਂਟਸ ਦਾ ਫੋਨ ਆਇਆ ਸੀਗਾ ਜਿਹੜੇ ਏ ਵਾਲੀ ਯੂਨੀਵਰਸਿਟੀ ਆਫ ਨਿਊ ਕਾਸਲ 'ਚ ਗਏ ਸੀਗੇ £10,000 ਦੇ ਵਿੱਚ ਕਹਿੰਦੇ ਮੈਡਮ ਸਾਡੀ ਯੂਨੀਵਰਸਿਟੀ ਇੰਨੀ ਕੁ ਵਧੀਆ ਨਿਕਲੀ ਉਹਨਾਂ ਨੇ ਕਿਹਾ ਕਿ ਤੁਸੀਂ ਯੂਨੀਵਰਸਿਟੀ ਅਟੈਂਡ ਕਰੋ ਕੋਰਸ ਪ੍ਰੋਪਰ ਕਰੋ ਇੱਕ ਬੱਚਾ ਫੇਲ ਨਹੀਂ ਹੋਇਆ ਜਾਂ ਕੋਈ ਬੱਚਾ ਫੇਲ ਹੋਇਆ ਉਹ ਹੋਇਆ ਆਪਣੀ ਗਲਤੀਆਂ ਨਾਲ ਬਾਕੀ ਯੂਨੀਵਰਸਿਟੀਆਂ 'ਚ ਜਾਣ ਕੇ ਵੀ ਬੱਚਿਆਂ ਨੂੰ ਕਰ ਦਿੰਦੇ ਕਹਿੰਦੇ ਸਾਡੀ ਯੂਨੀਵਰਸਿਟੀ ਇੰਨੀ ਕੁ ਅੱਛੀ ਹੈ ਅਤੇ ਨੈਵੀਗੇਟਰ ਹਮੇਸ਼ਾ ਚੂਜ਼ ਹੀ ਉਹੀ ਯੂਨੀਵਰਸਿਟੀਆਂ ਕਰਦਾ ਜਿਹੜਾ ਸਟੂਡੈਂਟ ਫਰੈਂਡਲੀ ਹੋਣ ਸਟੂਡੈਂਟ ਦੀ ਪ੍ਰੋਬਲਮ ਸਮਝਣ 6 ਬੈਂਡ ਈਚ ਮਿਨੀਮਮ ਚਾਹੀਦਾ ਹੈ ਤੁਹਾਡੀ 60% ਹੋਣੀ ਚਾਹੀਦੀ ਹੈ ਔਰ 1 ਈਅਰ ਦੀ ਮਾਸਟਰਸ 1 ਈਅਰ ਦੇ ਮਾਸਟਰ ਨਾਲ 2 ਈਅਰ ਦਾ ਪੋਸਟ ਸਟੱਡੀ ਵਰਕ ਪਰਮਿਟ ਇਹ ਤੁਹਾਡੀ ਇੱਕ ਬਹੁਤ ਅੱਛੀ ਆਪਸ਼ਨ ਆ ਜਾਂਦੀ ਹੈ ਸੈਕਿੰਡ ਹੁਣ ਜਿਹੜੇ ਅੰਡਰ ਗ੍ਰੈਡ ਦੇ ਬੱਚੇ ਹੈ ਉਹ ਵੀ ਯੂਕੇ ਜਾਣਾ ਚਾਹੁੰਦੇ ਆ ਬਟ ਅੰਡਰ ਗ੍ਰੈਡ ਦਾ ਬੱਚਾ ਪਲੱਸ 2 ਸਟੂਡੈਂਟ ਹੈ ਉਹ ਕਈ ਵਾਰੀ ਜਿਹੜਾ ਆਇਲਟਸ ਤੋਂ ਡਰਦਾ ਜਾਂ ਇੰਟਰਵਿਊ ਤੋਂ ਡਰਦਾ ਕਿਉਂਕਿ ਮੈਕਸੀਮਮ ਯੂਨੀਵਰਸਿਟੀਆਂ ਇੰਟਰਵਿਊ ਲੈਂਦੀਆਂ ਅਤੇ ਸਾਡੇ ਕੋਲ ਉਹ ਵੀ ਯੂਨੀਵਰਸਿਟੀਆਂ ਜਿਹੜੀ ਵਿਦਆਊਟ ਆਇਲਟਸ ਵਿਦਆਊਟ ਇੰਟਰਵਿਊ ਅੰਡਰ ਗ੍ਰੈਡ ਸਟੂਡੈਂਟ ਨੂੰ ਲੈ ਰਹੀ ਹੈ ਤੁਹਾਡੇ ਇੰਗਲਿਸ਼ ਦੇ ਵਿੱਚ 60% ਮਿਨੀਮਮ ਮਾਰਕਸ ਹੋਣੇ ਚਾਹੀਦੇ ਆ ਬੋਰਡ ਕੋਈ ਵੀ ਹੋਏ ਬੋਰਡ ਚਾਹੇ ਤੁਹਾਡਾ ਪੰਜਾਬ ਬੋਰਡ ਹੋਏ ਚਾਹੇ ਤੁਹਾਡਾ ICSE CBSE ਬੋਰਡ ਹੋਏ ਸਾਨੂੰ ਆਇਲਟਸ ਦੀ ਵੀ ਲੋੜ ਨਹੀਂ ਹੈ ਔਰ ਇੰਟਰਵਿਊ ਦੀ ਵੀ ਤੁਹਾਨੂੰ ਕੋਈ ਲੋੜ ਨਹੀਂ ਹੈ 6 ਮੰਥ ਦੀ ਫੀਸ ਦੇ ਕੇ ਤੁਸੀਂ ਯੂਕੇ ਜਾ ਸਕਦੇ ਹੋ ਇਹ ਵੀ ਤੁਹਾਡੀ ਬਹੁਤ ਅੱਛੀ ਆਪਸ਼ਨ ਹੋ ਸਕਦੀ ਹੈ ਹੁਣ ਜਿਹੜੇ ਸਟੂਡੈਂਟਸ ਹੈ ਜਿਹੜੇ ਬਹੁਤ ਅੱਛੇ ਕੋਰਸ ਕਰਨਾ ਚਾਹੁੰਦੇ ਆ
ਰੋਬੋਟਿਕਸ ਦੇ ਕੋਰਸ ਕਰਨਾ ਚਾਹੁੰਦੇ ਆ, ਇੰਜੀਨੀਅਰਿੰਗ ਤੋਂ ਰਿਲੇਟਡ ਸਪਲਾਈ ਚੇਨ ਮੈਨੇਜਮੈਂਟ ਇੱਕ ਬੜਾ ਫੇਮਸ ਕੋਰਸ ਹੈ ਅੱਜ ਕੱਲ੍ਹ, ਉਹ ਕਰਨਾ ਚਾਹੁੰਦੇ ਆ, ਨੌਰਥਹੈਂਪਟਨ ਯੂਨੀਵਰਸਿਟੀ 'ਚ ਮਿਲ ਜਾਏਗਾ ਤੁਹਾਨੂੰ। ਫੀਸ ਜਿਹੜੀ ਹੈ 16,000 ਤੋਂ 17,000 ਪਾਊਂਡ ਹੈ, ਹਜੇ ਇਨਟੇਕ ਚੱਲ ਰਿਹਾ, ਡੈਡਲਾਈਨ ਕੋਈ ਨਹੀਂ ਹੈ ਇਸ ਟਾਈਮ। ਹਾਂ, ਮਈ ਦੇ ਵਿੱਚ ਸਾਰਿਆਂ ਦੀ ਡੈਡਲਾਈਨ ਹੋ ਜਾਏਗੀ, ਅਤੇ ਤੁਸੀਂ ਹਜੇ ਅਪਲਾਈ ਕਰੋਗੇ, ਫੰਡਸ ਜਿਹੜੇ 28 ਡੇਜ਼ ਹੋਲਡ ਕਰੋਗੇ, ਅਤੇ ਤੁਹਾਡੀ ਕੈਸ਼ ਲੈਟਰ ਆਏਗੀ ਆਫਰ ਲੈਟਰ ਦੇ ਬਾਅਦ। ਪ੍ਰੋਸੈਸ ਦੇਖੋ ਕਿੰਨਾ ਈਜ਼ੀ ਪ੍ਰੋਸੈਸ ਹੈ, ਫਸਟ ਤੁਸੀਂ ਇਲੀਜੀਬਲ ਹੋਣਾ ਐਡਮਿਸ਼ਨ ਵਾਸਤੇ, ਆਫਰ ਲੈਟਰ ਆ ਗਿਆ, ਆਫਰ ਲੈਟਰ ਆਉਣ ਦੇ ਬਾਅਦ ਤੁਸੀਂ ਆਪਣੇ 28 ਡੇਜ਼ ਇਨ ਦਾ ਮੇਨ ਟਾਈਮ ਤੁਸੀਂ ਫੰਡ ਪੁਰਾਣੇ ਕਰ ਲਓ। ਇਹ ਵੀ ਡਿਪੈਂਡ ਕਰਦਾ ਜੇ ਸ਼ਹਿਰ 'ਚ ਜਾ ਰਹੇ ਹਾਂ ਤਾਂ 1,000 ਪਾਊਂਡ ਜ਼ਿਆਦਾ ਦਿਖਾਉਣੇ ਆ, ਜੇ ਥੋੜ੍ਹਾ ਜਿਹਾ ਪਿੱਛੇ ਦੂਜੇ ਏਰੀਆ 'ਚ ਜਾ ਰਹੇ ਹਾਂ ਲੰਡਨ ਤੋਂ ਇਲਾਵਾ, ਤਾਂ ਅਸੀਂ 1,000 ਪਾਊਂਡ ਘੱਟ ਦਿਖਾਉਂਦੇ ਹਾਂ। ਮੀਨਸ 11 ਤੋਂ 12 ਲੱਖ ਰੁਪਇਆ ਤੁਸੀਂ ਟੋਟਲ ਫੰਡਿੰਗ ਦਿਖਾਉਣੀ ਹੈ, 12 ਲੱਖ ਦੇ ਅਰਾਊਂਡ ਜਾਂ ਤੁਸੀਂ ਲੰਡਨ 'ਚ ਜਾ ਰਹੇ ਹੋ, 11 ਲੱਖ ਜਾਂ ਤੁਸੀਂ 10.5-11, ਕਿਉਂਕਿ ਪਾਊਂਡ ਦੇ ਉੱਪਰ ਵੇਰੀਏਸ਼ਨ ਹੁੰਦੀ ਆ। ਅਤੇ ਇਹ 28 ਡੇਜ਼ ਓਲਡ ਹੋਣਾ ਚਾਹੀਦਾ। ਜਿਹੜੀ ਫੀਸ ਹੈ ਉਹ ਚਾਹੇ ਤੁਸੀਂ ਸਾਲ ਦੀ ਭਰ ਦਿਉ ਜਾਂ ਸਾਲ ਦੀ ਨਹੀਂ ਭਰੀ, 6 ਮਹੀਨੇ ਦੀ ਭਰੀ ਹੈ, ਅਤੇ ਜਿਹੜੀ ਫੀਸ 6 ਮਹੀਨੇ ਦੀ ਨਹੀਂ ਭਰੀ ਉਹ ਵੀ ਤੁਸੀਂ 28 ਡੇਜ਼ ਓਲਡ ਲਿਵਿੰਗ ਐਕਸਪੈਂਸਿਸ ਨਾਲ ਕਰਨੀ ਹੈ। ਅਤੇ ਰਫਲੀ 17 ਤੋਂ 18 ਲੱਖ ਰੁਪਇਆ ਤੁਸੀਂ 28 ਡੇਜ਼ ਓਲਡ 1 ਮਹੀਨੇ ਪੁਰਾਣਾ ਦਿਖਾਉਣਾ ਹੈ। ਵੀਜ਼ਾ ਫੀਸ, ਹੈਲਥ ਇੰਸ਼ੋਰੈਂਸ ਪੇ ਕਰਕੇ ਤੁਸੀਂ ਵੀਜ਼ਾ ਲੌਸ ਕਰੋ, ਵਿਦਇਨ 15 ਡੇਜ਼ ਤੁਹਾਡਾ ਵੀਜ਼ਾ ਆ ਜਾਂਦਾ ਹੈ। ਇੰਨਾ ਕੁ ਸੋਹਣਾ ਪ੍ਰੋਸੈਸ ਹੈ UK ਦਾ। ਬਹੁਤ ਸਾਰੇ ਸਟੂਡੈਂਟਸ ਕਹਿੰਦੇ ਕਿ ਸਾਨੂੰ ਪਤਾ ਨਹੀਂ ਸੀਗਾ ਕਿ UK ਇੰਨਾ ਈਜ਼ੀ ਹੈ, ਲੇਕਿਨ ਕਈ ਵਾਰੀ ਮਿੱਥ ਇਹ ਆਉਂਦਾ ਕੰਮ ਨਹੀਂ ਆ। ਜਿਹੜੇ ਇਹ ਸਟੂਡੈਂਟ ਗਏ ਜਿਨ੍ਹਾਂ ਨੇ ਫੋਨ ਕੀਤਾ, ਉਹ ਕਹਿੰਦੇ ਮੈਡਮ ਸਾਨੂੰ ਆ ਕੇ ਇੱਥੇ ਕੋਈ ਪ੍ਰੋਬਲਮ ਨਹੀਂ ਹੋਈ, ਅਜੇ 7-8 ਮਹੀਨੇ ਉਹ ਮੇਰੇ ਖਿਆਲ ਗਏ ਹੋਏ ਆ, ਜਾਂ 1 ਸਮੈਸਟਰ ਕੰਪਲੀਟ ਕੀਤਾ, ਕੱਲ੍ਹ ਫੋਨ ਆਇਆ ਸੀਗਾ ਮੈਨੂੰ ਯਾਦ ਨਹੀਂ। ਜਿਹੜੇ ਸਟੂਡੈਂਟ ਜਾ ਕੇ ਉੱਥੇ ਫੋਨ ਕਰਦੇ ਉਹ ਸਾਨੂੰ ਇੱਕ ਸੈਟਿਸਫੈਕਸ਼ਨ ਦਿੰਦੇ ਕਿ ਕਿਸੇ ਸਟੂਡੈਂਟ ਨੂੰ ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਆਈ। ਜੇ ਸਟੂਡੈਂਟ ਆਪ ਜਾ ਕੇ ਉੱਥੇ ਪੜ੍ਹਨਾ ਨਹੀਂ ਚਾਹ ਰਿਹਾ ਜਾਂ ਉੱਥੇ ਜੋਬ ਮਾਰਕੀਟ 'ਚ ਐਬਜ਼ੋਰਬ ਨਹੀਂ ਹੋ ਰਿਹਾ, ਉਹ ਦਿਨ ਸਟੂਡੈਂਟ ਦੀ ਪ੍ਰੋਬਲਮ ਹੈ, ਨਾ ਕੋਈ ਕੰਮ ਦੀ ਪ੍ਰੋਬਲਮ ਹੈ, ਨਾ ਉਹਨਾਂ ਨੂੰ ਕੋਈ ਪੋਸਟ ਸਟੱਡੀ ਵਰਕ ਪਰਮਿਟ ਦੀ ਪ੍ਰੋਬਲਮ ਹੈ, ਕਿਸੇ ਵੀ ਹਿਸਾਬ ਦੇ ਸਟੂਡੈਂਟ ਦੀ ਸੈਟਲਮੈਂਟ 'ਤੇ ਕੋਈ ਪ੍ਰੋਬਲਮ ਨਹੀਂ ਹੈ, ਅਤੇ ਉਹ UK ਕੈਨ ਬੀ ਏ ਗੁੱਡ ਆਪਸ਼ਨ ਫੋਰ ਦਾ ਸਟੂਡੈਂਟਸ। ਜੀ ਬਿਲਕੁਲ ਸਹੀ। ਸੋ UK ਇੱਕ ਅੱਛੀ ਆਪਸ਼ਨ ਹੈ ਸਟੂਡੈਂਟਸ ਦੇ ਲਈ, ਔਰ ਡਿਟੇਲ ਦੇ ਵਿੱਚ ਮੈਮ ਨੇ ਸਮਝਾਇਆ ਕਿ ਕਿਵੇਂ ਤੁਸੀਂ ਅੱਗੇ ਵਧਣਾ ਹੈ, ਤਿਆਰੀ ਕਰਨੀ ਹੈ, ਕਿਹੜੀ ਗੱਲਾਂ ਦਾ ਤੁਸੀਂ ਧਿਆਨ ਰੱਖਣਾ। ਸੋ ਸਟੂਡੈਂਟਸ ਦੇ ਮਨ ਵਿੱਚ ਅਗਰ ਡਾਊਟ ਹੈ ਤਾਂ ਜ਼ਰੂਰ ਹੁਣੇ ਹੀ ਕਲੀਅਰ ਕਰ ਲਓ। ਕਿਵੇਂ ਕਲੀਅਰ ਕਰਨਾ ਹੈ, ਜਿਹੜਾ ਨੰਬਰ ਡਿਸਪਲੇ ਹੈ ਨੈਵੀਗੇਟਰਸ ਓਵਰਸੀਜ਼ ਦਾ, ਇਸ ਉੱਪਰ ਤੁਸੀਂ ਕਾਲ ਕਰੋ, ਔਰ ਨੈਵੀਗੇਟਰ ਓਵਰਸੀਜ਼ ਦੀ ਪੂਰੀ ਟੀਮ ਹਮੇਸ਼ਾ ਹੀ ਸਟੂਡੈਂਟਸ ਨੂੰ ਸਪੋਰਟ ਕਰਦੀ ਹੈ, ਉਹਨਾਂ ਨੂੰ ਰਾਈਟ ਗਾਈਡੈਂਸ ਦਿੰਦੀ ਹੈ। ਮੈਮ ਨੂੰ ਮਿਲਣਾ ਚਾਹੋ ਤਾਂ ਇਹਨਾਂ ਦੇ ਆਫਿਸ ਤੁਸੀਂ ਜ਼ਰੂਰ ਵਿਜ਼ਿਟ ਕਰ ਸਕਦੇ ਹੋ। ਬਹੁਤ ਬਹੁਤ ਥੈਂਕਸ ਮੈਮ, ਕਈ ਖਾਸ ਗੱਲਾਂ ਤੁਸੀਂ ਅੱਜ ਦੀ ਵੀਡੀਓ ਜ਼ਰੀਏ UK ਸਟੱਡੀ ਵੀਜ਼ਾ ਨੂੰ ਲੈ ਕੇ ਕਲੀਅਰ ਕੀਤੀਆਂ ਸਟੂਡੈਂਟਸ ਲਈ। ਅੱਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਹੀ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮਚ। ਥੈਂਕ ਯੂ।